ਅਸਲਾਮ ਵਾਲੇਕੁਮ ਜੀ, ਉਮੀਦ ਕਰਦਾ ਸਾਰੇ ਦੋਸਤ ਖੈਰ ਖੈਰਤ ਨਾਲ ਹੋਣਗੇ। ਅਤੇ ਮੈਂ ਅਲੀ ਰਜ਼ਾ, ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਅਲੀ 300 ਵਾਲਾ। ਅਤੇ ਜੀ ਮੈਂ ਅੱਜ ਆਇਆ ਆਪਣੀ ਹਵੇਲੀ ਦੇ ਵਿੱਚ ਬੱਕਰਿਆਂ ਵਾਲੀ। ਇੱਥੇ ਵੇਖ ਰਿਹਾ ਵੀ ਚਾਚੇ ਹੋਰੀ ਬੋਰ ਕੱਢ ਰਹੇ ਨੇ, ਅਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਕੀ ਹਿਸਾਬ ਕਿਤਾਬ ਆ ਇਹਨਾਂ ਦਾ। ਅਸਲਾਮ ਵਾਲੇਕੁਮ ਸਾਹ ਚਾਚਾ, ਠੀਕ ਆ? ਅੱਛਾ, ਤੁਸੀਂ ਬੋਰ ਕਰ ਰਹੇ ਜੀ? ਹਾਂਜੀ। ਅੱਛਾ, ਅਤੇ ਕਿਹੜਾ ਪੰਪ ਲਾਉਣਾ ਜੀ? ਜਿਹੜਾ ਕਹਿਣਗੇ ਲਾ ਦਾਂਗੇ। ਇਹਦੇ ਨਾਲ ਰਿਵਰਸੀਬਲ ਪੰਪ ਆ, ਉਹ ਯਾਰ ਬਾਬਾ ਸਾਹਿਬ ਸਹੀ ਰਹਿੰਦਾ ਕਹਿੰਦੇ। ਹਾਂ, ਉਹ ਕਹਿਣ ਦਿਓ, ਉਹ ਵੀ ਲਾ ਦਾਂਗੇ, ਕੋਈ ਮਸਲਾ ਨਹੀਂ। ਇਹ ਮਾਸ਼ਾਅੱਲਾ ਜੀ, ਦੋ ਬੰਦੇ ਆ, ਇੱਕ ਹੈਗਾ ਮਜ਼ਦੂਰ ਅਤੇ ਇੱਕ ਕਾਰੀਗਰ ਆਪ ਨੇ, ਅਤੇ ਇੱਥੇ ਬੋਰ ਕਰ ਰਹੇ, ਅਸੀਂ ਇਹਨਾਂ ਕੋਲ ਲਵਾ ਰਹੇ ਪੰਪ। ਇੱਥੇ ਸ਼ਾਇਦ ਆਇਆ। ਅੱਛਾ ਚਾਚਾ, ਇਹ ਕਿੰਨੇ ਫੁੱਟ 'ਤੇ ਜਾ ਕੇ ਪਾਣੀ ਨਿਕਲਦਾ? ਤਕਰੀਬਨ 100 ਫੁੱਟ 'ਤੇ ਲੱਗ ਗਿਆ। 100 ਫੁੱਟ 'ਤੇ? ਅਤੇ ਹੁਣ ਇਹ ਕਿੰਨਾ ਕੁ ਹੋ ਗਿਆ? 50 ਹੋ ਗਿਆ। 50 ਫੁੱਟ? ਠੀਕ ਆ ਚਾਚਾ, ਫਿਰ ਫਿਰ ਇਨਸ਼ਾਅੱਲਾ ਮਿਲਦੇ ਹਾਂ। ਬੂਹਾ ਖੋਲ, ਤੂੰ ਆਪ ਆ ਜਾ, ਰਣ ਕੇ ਲੈ ਜਾ। ਨਿੰਮੀ ਓਏ, ਉਹ ਮੈਂ ਹੁਣ ਮੁਰੱਬੇ ਜਾਣਾ ਯਾਰ, ਤੂੰ ਆਪ ਆ ਕੇ ਲੈ ਜਾ। ਆ ਗੁਜਰਾ ਕਿੱਧਰ ਆਇਆ ਬਤਾ? ਉਹ ਸੁਣਾ ਗੁਜਰਾ। ਉਹ ਯਾਰ ਮਕਈ, ਹੁਣ ਤੂੰ ਆ ਜਾ ਉੱਥੋਂ, ਆਉਂਦਾ ਲਈ ਵੀ ਮੈਂ ਹੁਣ ਜਾਣਾ ਖਾ ਲੈ ਲੇ, ਮੈਨੂੰ ਆਪ ਲੇਟ ਹੋ ਜਾਣੀ ਅੱਗੇ। ਹਾਂ, ਅੱਗੇ 4:30 ਹੋ ਗਏ ਆ, 3:30। ਚਲੋ ਯਾਰ, ਮੈਂ ਵੀ ਚੱਲਦਾ, ਜਾਣਾ ਤਾਂ ਪੈਣਾ। ਚਾਹ ਪਿਆਈ ਸੀ ਇਹਨਾਂ ਨੂੰ, ਚਾਹ ਪਿਆ ਕੇ ਤਾਂ ਹੁਣ ਲੈ ਚੱਲਾਂ ਘਰ ਨੂੰ। ਇਹ ਸਾਡੇ ਚਾਚੇ ਹੋਰੀ ਨੇ ਤਕਰੀਬਨ, ਅਸੀਂ ਜਿਹੜੇ ਵੀ ਪੰਪ ਲਵਾਏ ਆ ਸਾਰੇ ਇਹਨਾਂ ਕੋਲ ਲਵਾਏ ਆ, ਅਤੇ ਅਲਹਮਦੁਲਿਲਾ ਇਹ ਬਹੁਤ ਅੱਛਾ ਕੰਮ ਕਰਦੇ ਆ। ਤਕਰੀਬਨ ਅਸੀਂ 300 ਹੀ ਰਹਿੰਦੇ ਹਾਂ, ਇਹ ਸਾਡੇ ਤੋਂ ਅਗਲੇ ਤਕਰੀਬਨ 3-4 ਪਿੰਡ ਛੱਡ ਕੇ ਉੱਥੇ ਰਹਿੰਦੇ ਆ, 305-4। ਅਤੇ ਜਿਹੜਾ ਕੰਮ ਵੀ ਹੋਵੇ ਪਾਣੀ ਪੰਪ ਦਾ ਵਗੈਰਾ ਦਾ, ਉਹ ਅਸੀਂ ਇਹਨਾਂ ਕੋਲ ਕਰਵਾਈ ਦਾ, ਅਤੇ ਅਲਹਮਦੁਲਿਲਾ ਬਹੁਤ ਹੀ ਅੱਛੇ ਨੇ ਔਰ ਸਹੀ ਕੰਮ ਕਰਦੇ ਨੇ ਯਤਨਾ। ਹੈ ਡਾਲ ਨਹੀਂ, ਇਹ ਕੀ ਲਈ ਜਾਣਾ? ਦਾਤਰ ਮਾਸ਼ਾਅੱਲਾ ਤੋੜ ਲੈ। ਨਹੀਂ, ਪਾ ਕੇ ਲੈ ਆ ਅੱਜ। ਮੈਂ ਕਿਹਾ ਪਤਾ ਨਹੀਂ। ਅੱਛਾ, ਪੱਠੇ ਵੱਢਣ ਵਾਸਤੇ ਬੜਾ ਜ਼ਰੂਰੀ ਸਹੀ। ਇੱਥੋਂ ਆਹ ਦੀ ਚੁੰਝ ਨਹੀਂ ਬੜਾਈ, ਆ ਮਿੱਟੀ 'ਚ ਵੜ ਜਾਂਦਾ ਸੀ, ਤਾਂ ਤਾਂ ਮੋੜਿਆ। ਇਹ ਵੀ ਕੰਮ ਸਹੀ ਕੀਤਾ ਕਿ ਤੂੰ ਤ੍ਰਿਸ਼ਮਾ ਜਾ ਰਹੇ ਹਾਂ। ਹੋਰ ਮੇਰੀ ਵੀ ਬਣਾ ਰਿਹਾ ਕੋਈ ਪਲੋਟ ਜੀ? ਮੇਰੇ ਵਾਲ ਵੇਚਦਾ ਦੇਖ ਕੇ ਅਸੀਂ ਛੋਟੇ ਹੋ ਗਏ ਆ, ਮੈਂ ਛੋਟੇ ਕਰਵਾ ਲਏ ਆ। ਮੈਂ ਬੱਕਰਿਆਂ ਨੂੰ ਪਾਉਣ ਵਾਸਤੇ ਮਕਈ ਲੈ ਕੇ ਆਇਆ ਥੱਲਾ, ਅਤੇ ਵੇਖਿਆ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ। ਉਹਨੂੰ ਕਾਲ ਕਰਨੇ ਆ ਕਿ ਹੈ ਕਿੱਥੇ, ਉਹਨੂੰ ਕਾਲ ਕਰੀਏ ਵੀ ਕਿੱਥੇ ਪਤਾ ਹੈ। ਨਜ਼ਲਾ ਵੀ ਬਹੁਤ ਹੋਇਆ ਪਤਾ, ਨਜ਼ਲਾ ਸੁਕਾਉਣ ਤੁਹਾਨੂੰ ਦੋ ਥੋੜ੍ਹੀ ਬਹੁਤੀ ਹੈ ਵਾ, ਅਤੇ ਲੇਕਿਨ ਹਵਾ ਬਹੁਤ ਜ਼ਿਆਦਾ ਠੰਡੀ ਚੱਲ ਰਹੀ। ਉਸਨੇ ਫੋਨ ਨਹੀਂ ਚੱਕਾ ਹੈ, ਦੁਬਾਰਾ ਕਾਲ ਕਰਤਾ ਹੂੰ। ਇਹ ਵੇਖ ਲਓ ਜੀ, ਬੱਕਰੇ ਫੁੱਲ ਫਿਰ ਰਹੇ ਆਪਣੀ ਮੌਜਾਂ 'ਚ, ਉਹਨਾਂ ਨੀਰਾ ਪੱਠੇ ਵਗੈਰਾ ਪਾਏ ਨੇ, ਉਹ ਖਾ ਰਹੇ ਨੇ, ਅਤੇ ਹੁਣ ਉਸਦੀ ਸਮਝ ਨਹੀਂ ਆਉਂਦੀ ਉਹ ਲੱਗਦਾ ਗਿਆ ਅੱਗੇ। ਅਤੇ ਬੋਰ ਕਰਨ ਵਾਲੇ ਬਾਈ ਹੋਰੀ ਚਾਚੇ ਹੋਰੀ ਚਲੇ ਗਏ ਨੇ, ਇੱਕ ਮਜ਼ਦੂਰ ਸੀ ਅਤੇ ਇੱਕ ਉਹ ਖੁਦ ਆਪ ਨੇ ਆ ਡਰੰਮ ਪਾਣੀ ਦਾ ਰੁੜ ਕੇ, ਹੁਣ ਇਹਨੂੰ ਸੇਫ ਕਰੀਏ ਉੱਥੇ, ਕਿਉਂਕਿ ਜਗ੍ਹਾ ਵੇਖ ਲਓ ਇੱਟਾਂ ਵਗੈਰਾ ਸੱਟੀਆਂ ਹੋਈਆਂ ਵਾ, ਰੇਗਿਸਤਾਨੀ ਥੋੜ੍ਹਾ ਜਿਹਾ। ਸਾਡਾ ਇੱਥੇ 6-4 ਜੇ ਹੈਗੇ ਘਰ, ਅਤੇ ਚੋਰੀ ਦਾ ਜ਼ਿਆਦਾ ਇਮਕਾਨ ਹੁੰਦਾ ਇੱਥੇ, ਇਸ ਵਜ੍ਹਾ ਤੋਂ ਇਹਨੂੰ ਸੇਫ ਰੱਖੀਦਾ। ਚਲੋ ਕਣਕ ਬੀਜੀ ਹੋਈ 4 ਫਿਰ, ਇਸ ਵਜ੍ਹਾ ਤੋਂ ਇਹਦਾ ਪਾਣੀ ਰੋੜ ਕੇ ਇਹਨੂੰ ਖਾਲੀ ਕਰਕੇ ਅਤੇ ਇੱਥਾਂ ਸੇਫ ਕਰਨਾ। ਅਤੇ ਇਵੇਂ ਦਾ ਇਵੇਂ ਰਹੇਗਾ ਇੱਥੇ, ਇਹ ਬੋਰ ਕਰਦੇ ਹੋਏ ਇੱਥੇ ਬੋਰ ਕਰਕੇ ਇਹਦੇ 'ਚ ਥੇਲਾ ਵਗੈਰਾ ਰੱਖ ਕੇ ਉੱਤੇ ਮਿੱਟੀ ਪਾ ਕੇ, ਤਾਂ ਕਿ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ, ਕਿ ਕੋਈ ਚੀਜ਼ ਕੋਈ ਐਸਾ ਵੈਸਾ ਜਾਨਵਰ ਹੀ ਆ ਜਾਂਦਾ, ਕੁੱਤਾ ਜੁੱਤਾ ਇੱਥੇ ਆ ਕੇ ਤਾਂ ਕੰਮ ਖਰਾਬ ਕਰ ਦੇਵੇ। ਅਤੇ ਅਸੀਂ ਤਾਂ ਹਵੇਲੀ ਲਈ ਇੱਥੇ ਪਾਣੀ ਦੀ ਕਿੱਲਤ ਸੀ, ਪਾਣੀ ਦੀ ਕਿੱਲਤ ਪੂਰੀ ਕਰਨ ਵਾਸਤੇ ਅਸੀਂ ਪੰਪ ਲਵਾ ਰਹੇ ਹਾਂ। ਦੋ ਕਿਸਮ ਦੇ ਪੰਪ ਹੁੰਦੇ ਆ, ਕਿ ਰਿਵਰਸੀਬਲ ਪੰਪ ਹੁੰਦਾ, ਉਹ ਮੇਰੇ ਖਿਆਲ ਬੋਰ ਦੇ ਵਿੱਚ ਹੁੰਦਾ,
एक दूसरा पंप होंदा जिहड़ा आम घरें लगे होंदे आ, असली पंजाब तों आ गए दूसरे हो गए, इस तरह के बहुत ज़्यादा किस्म के पंप ने। तो असी दूसरे साधा ही लवा रहे हैं, दूसरा रिवर्सिबल पंप कड़ा होंदा, मैं तो आप पहली बार देखा तो बहरहाल वह लगा लगे। तो यदि छड़ दी टूटी हूँ पानी इतों जाता रहेगा, पे टोबी भरी दी थोड़ी बहुत जी भरी जी बाकी रेत ने पानी सारा पी जाना। हम पा ड्रम होने लगा खाली, उन्हें पाँच मिनट ला जाने। तो जिन्ना चेर पंप जिन्ना चेर ड्रम खाली हो रहा है उन्हें चेर साड़ी वीडियो लाइक कर दिओ, तो साढ़े चैनल में सबसक्राइब लाजमी कर दिओ और बैल आइकन लाजमी दबियो, बैल आइकन लाजमी प्रेस करो ताकि जी असी नवी वीडियो अपलोड करा वो तुहाडे तक बासानी पहुँचेगी। तो तुसी वेख लो माशाल्लाह कितना खूबसूरत अच्छा माहौल है पिंडां दे इलाके का, पिंड माशाल्लाह जी पिंड ही हुंदा है, अच्छी हवा खुशगवार मौसम माशाल्लाह। किधर गया सी, किधर गया सी? हाँ यहाँ इन्नी देर लाती मतलब भी। लो जी मकई यार बंदा तो आ गया, रखा दी हूँ रखन लगा अंदर, तो हम इन्होंने पाएगा। तो बकरे भी किमें मछल भज रहे, बकरे की दौड़ा चेक करो, हवा भी चली तो ला। अबू ने कितने आना? अबू तो गया फोटा पास, हूँ चले गए दोबारा गए और बाबा उत्थे ही दाखल है। तो अज मकई पाती खा रहे घर नू गए, खैर सी घर चले गए माशाल्लाह जी माशाल्लाह सारे। ड्रम रख ली मैं चला जी, चाबी तेरे को ही सी, फिर वे नजर मार कि डेग ना आया मैं, वो कि डेग ना आया मैं ख्याल ना वेख। लो जी मैं चला वा घर न, ड्रम आपे रख लेगा तो मैं जाके मसीर वेखा भी वही की करता वे क्या जी। तीन गड्डिया खलो गई, अल्लाह ही खैर करे। चल चलिए यार, चल आ चलिए, मैं फोन करके पूछदा ना भी किन्नी मकई करनी, फिर उस तरह तोल दिंदा। सही है जुलिए, चलो यार चलिए, चाबी कि लाइक करो, चैनल सब्सक्राइब करो, मिलते थोड़ी वीडियो, अपना जरा अपना अपनी फैमिली का ख्याल रखियो। अल्लाह हाफिज़।